ਕਿਸਾਨਾਂ ਦੇ ਆਨਲਾਈਨ ਖਾਤੇ ਖੋਲ੍ਹਣ ਅਤੇ ਉਹਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਖਿਲਾਫ਼ ਪੰਜਾਬ ਭਰ ਦੇ ਆੜ੍ਹਤੀ ਮੋਗਾ ਵਿੱਚ ਇਕੱਠੇ ਹੋਏ। ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਇਕੱਠੇ ਹੋਏ ਆੜ੍ਹਤੀਆਂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਦਾ ਇਹ ਫੈਸਲਾ ਮਨਜ਼ੂਰ ਨਹੀਂ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਹੀਂ ਬਦਲਿਆ ਤਾਂ ਆੜ੍ਹਤੀ ਸੜਕਾਂ 'ਤੇ ਉਤਰਨਗੇ। ਆੜ੍ਹਤੀਆਂ ਦੀ ਹਿਮਾਇਤ ਵਿੱਚ ਕਿਸਾਨ BKU ਦੇ ਜ਼ਿਲ੍ਹਾ ਪ੍ਰਧਾਨ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਤਾਂ ਆੜ੍ਹਤੀ ਪੰਜਾਬ ਭਰ ਦੀ ਮੰਡੀਆਂ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵਾਲੇ ਬੈਨਰ ਲਗਾਉਣਗੇ। ਅਤੇ ਉਹਨਾਂ ਨੇ ਦੱਸਿਆ ਕਿ ਸਰਕਾਰ ਆੜ੍ਹਤੀਆਂ ਦੇ 600 ਕਰੋੜ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਦੇ 650 ਕਰੋੜ ਨਹੀਂ ਦੇ ਰਹੀ ਹੈ। ਕਿਸਾਨਾਂ ਦੇ ਖਾਤੇ ਜਿਹੜੇ ਨੇ ਪੋਰਟਲ 'ਤੇ ਚੜ੍ਹਾਉਣ ਲਈ ਸਾਨੂੰ ਜਿਹੜਾ ਮਜਬੂਰ ਕੀਤਾ ਸੀ, ਲੇਕਿਨ ਕਿਸਾਨ ਜਿਹੜੇ ਨੇ ਉਹ ਆਪਣੇ ਖਾਤੇ ਦੇਣ ਤੋਂ ਇਨਕਾਰ ਕਰ ਗਏ ਨੇ। ਉਹ ਹਾਈਕੋਰਟ ਚਲੇ ਗਏ। ਹਾਈਕੋਰਟ 'ਚ ਜੇ ਰਿੱਟ ਜਿਹੜੀ ਆ ਉਹਨਾਂ ਦੀ ਵਿਚਾਰਧੀਨ ਆ, ਔਰ ਸਰਕਾਰ ਨੇ ਆੜ੍ਹਤੀਆਂ ਦੀ ਅਦਾਇਗੀ ਜਿਹੜੀ ਹੈ ਉਹ ਫਿਲਹਾਲ ਰੋਕ ਦਿੱਤੀ ਹੈ। ਮਜ਼ਦੂਰ ਆਏ ਹੋਏ ਨੇ ਬਿਹਾਰ ਤੋਂ, ਰਾਜਸਥਾਨ ਤੋਂ, ਉਹਨਾਂ ਦੀ ਮਜ਼ਦੂਰੀ ਅਜੇ ਤੱਕ ਨਹੀਂ ਦਿੱਤੀ, ਲੋਡਿੰਗ ਨਹੀਂ ਦਿੱਤੀ, ਸਿਲਾਈ ਨਹੀਂ ਦਿੱਤੀ, ਜਿਸ ਖਿਲਾਫ਼ ਅਸੀਂ ਅੱਜ ਪੰਜਾਬ ਸਰਕਾਰ ਰੋਸ ਰੈਲੀ ਕਰ ਰਹੇ ਹਾਂ। ਔਰ ਫੈਸਲਾ ਕੀਤਾ ਕਿ ਸਾਰੀਆਂ ਪੰਜਾਬ ਦੀਆਂ ਮੰਡੀਆਂ 'ਚ ਪੰਜਾਬ ਸਰਕਾਰ ਮੁਰਦਾਬਾਦ ਦੇ ਬੈਨਰ ਲਾਵਾਂਗੇ। ਔਰ ਇਸ ਤੋਂ ਇਲਾਵਾ ਜੋ ਸਾਡੇ ਨਾਲ ਇਹ ਧੱਕਾ ਕੀਤਾ ਜਾ ਰਿਹਾ, ਇਹਦੇ ਲਈ ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਵੀ ਜਿਹੜੀ ਆ ਉਹ ਰਿੱਟ ਦਾਖਲ ਕੀਤੀ ਹੈ। ਸਾਡੀ ਪਿਛਲੇ 2 ਮਹੀਨਿਆਂ ਤੋਂ ਪੇਮੈਂਟ ਨਹੀਂ ਮਿਲੀ, ਔਰ ਲਗਭਗ 600 ਕਰੋੜ ਆੜ੍ਹਤੀਆਂ ਦਾ ਔਰ 650 ਕਰੋੜ ਜਿਹੜਾ ਮਜ਼ਦੂਰੀ ਉਹ ਆਪਣੇ ਮਜ਼ਦੂਰਾਂ ਦੀ ਜਿਹੜੀ ਹੈ ਉਹ ਸਰਕਾਰ ਨਹੀਂ ਦੇ ਰਹੀ। ਕਿਸਾਨਾਂ ਨੂੰ ਇਸੇ ਚੀਜ਼ ਦਾ ਡਰ ਹੈ ਕਿ ਜਿਵੇਂ ਪਹਿਲਾਂ ਸਰਕਾਰਾਂ ਤੋਂ ਗੰਨੇ ਦੀ ਪੇਮੈਂਟ ਸਾਨੂੰ ਸਾਲਾਂ ਬੱਧੀ ਨਹੀਂ ਆਉਂਦੀ, ਜੇ ਸਰਕਾਰ ਨੇ ਸਾਨੂੰ PFMS 'ਤੇ ਚੜ੍ਹਾ ਲਿਆ ਤਾਂ ਸਾਡੀਆਂ ਪੇਮੈਂਟਾਂ ਜਿਹੜੀਆਂ ਨੇ ਉਹ 2-2 ਮਹੀਨੇ ਨਹੀਂ ਆਇਆ ਕਰਨੀਆਂ, ਔਰ ਇੰਸਪੈਕਟਰ ਸਾਡੇ ਤੋਂ ਰਿਸ਼ਵਤ ਮੰਗਿਆ ਕਰਨਗੇ। ਇਕੱਠ 'ਚ ਸ਼ਾਮਿਲ ਹੋਏ ਭਾਰਤੀ ਕਿਸਾਨ ਯੂਨੀਅਨ ਨੇ ਵੀ ਕਿਸਾਨਾਂ ਦੇ ਖਾਤੇ ਆਨਲਾਈਨ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ। ਕਾਦੀਆਂ ਤੋਂ BKU ਦੇ ਗੁਰਦਰਸ਼ਨ ਸਿੰਘ ਕਾਲੀਕੇ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣਾ ਫੈਸਲਾ ਵਾਪਸ ਲਵੇ। ਉਹਨਾਂ ਨੇ ਆੜ੍ਹਤੀ ਐਸੋਸੀਏਸ਼ਨ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਜਿਹੜਾ ਮੁੱਖ ਮੰਗਾਂ ਇਹਨਾਂ ਦੀਆਂ ਇਹ ਆ ਜੀ, ਜਿਹੜੇ ਕਿਸਾਨਾਂ ਦਾ ਇਹ ਖਾਤਾ ਪੋਸਟਲ 'ਤੇ ਪਾਉਣਾ ਚਾਹੁੰਦੇ ਆ, ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨੀ ਚਾਹੁੰਦੇ ਆ, ਉਦੋਂ ਬਾਅਦ ਇਹਨਾਂ ਦੀ ਮਜ਼ਦੂਰੀ ਆੜ੍ਹਤੀ ਦਾਮੀ ਇਹ ਸਾਰੀ ਰੋਕੀ ਹੋਈ ਆ, ਲੋਡਿੰਗ ਰੋਕੀ ਹੋਈ ਆ। ਇਸ ਵਾਸਤੇ ਇਹਨਾਂ ਦੀ ਇਹ ਮੁੱਖ ਮੰਗ ਇਹਨਾਂ ਦੀ ਇਹ ਕਿ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਜੇਕਰ ਕਿਸਾਨਾਂ ਦੇ ਖਾਤੇ ਆਨਲਾਈਨ ਹੁੰਦੇ ਆ, ਪਹਿਲੀ ਗੱਲ ਤਾਂ ਕਿਸਾਨ ਇੰਨਾ ਪੜ੍ਹਿਆ ਲਿਖਿਆ ਨਹੀਂ ਹੈ, ਕਿਸਾਨ ਅਨਪੜ੍ਹ ਹੈ, ਉਹਨੂੰ ਖਾਤਾ ਦੇਣ 'ਚ ਹੀ ਬੜੀ ਦਿੱਕਤ ਆਊਗੀ, ਕਿਉਂਕਿ ਉਹਦਾ ਖਾਤਾ ਮਾਰਕੀਟ ਕਮੇਟੀ ਵਿੱਚ ਦਿੱਤਾ ਜਾਊਗਾ, ਫਿਰ ਉਹਦਾ ਖਾਤੇ 'ਚ ਕਦੇ ਪੈਸੇ ਆਉਣਗੇ, ਫਿਰ ਕਿਸਾਨ ਨੂੰ ਪਤਾ ਨਹੀਂ ਲੱਗਣਾ ਕਿ ਮੇਰੇ ਖਾਤੇ 'ਚ ਪੈਸੇ ਆ ਗਏ ਜਾਂ ਨਹੀਂ ਆਏ, ਕਿਉਂਕਿ ਅੱਜ ਕੱਲ੍ਹ ਤਾਂ ਥਾਂ ਥਾਂ 'ਤੇ ਚੋਰੀਆਂ ਹੋਈ ਜਾਂਦੀਆਂ, ਕਿਸਾਨ ਦੇ ਖਾਤੇ 'ਚ ਕਦੋਂ ਪੈਸੇ ਆ ਜਾਣਗੇ, ਫਿਰ ਕਿਸਾਨ ਨੂੰ ਪਤਾ ਨਹੀਂ ਲੱਗਣਾ। ਆੜ੍ਹਤੀ ਆ ਇੱਕ ਮਾਰਗ ਆ, ਜਦੋਂ ਮਰਜ਼ੀ ਉਹ ਤੋਂ ਪੈਸੇ ਲੈ ਲੈਂਦਾ, ਆੜ੍ਹਤੀ ਘਰੇ ਜਾ ਕੇ ਹੀ ਪੈਸੇ ਦਿੰਦਾ। ਜੇ ਨਹੀਂ ਮੰਗ ਮੰਗੀ ਜਾਂਦੀ ਤਾਂ ਭਾਰਤੀ ਕਿਸਾਨ ਯੂਨੀਅਨ ਡਟ ਕੇ ਆੜ੍ਹਤੀ ਐਸੋਸੀਏਸ਼ਨ ਦਾ ਸਾਥ ਦੇਊਗੀ। ਇਹ ਚੰਗੀ ਗੱਲ ਹੈ ਕਿ ਕਿਸਾਨਾਂ ਦਾ ਪੈਸਾ ਸਿੱਧੇ ਉਹਨਾਂ ਦੇ ਖਾਤੇ 'ਚ ਪਾਉਣ ਲਈ ਪੰਜਾਬ ਸਰਕਾਰ ਉਹਨਾਂ ਦੇ ਖਾਤੇ ਆਨਲਾਈਨ ਕਰ ਰਹੀ ਹੈ। ਇਸ 'ਤੇ ਆੜ੍ਹਤੀ ਐਸੋਸੀਏਸ਼ਨ ਨੂੰ ਇਹ ਸੰਤੋਸ਼ ਹੈ। ਆੜ੍ਹਤੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਆੜ੍ਹਤੀ ਅਤੇ ਕਿਸਾਨ ਦਾ ਰਿਸ਼ਤਾ ਦੁੱਖ ਸੁੱਖ ਦਾ ਹੈ, ਇਸ ਲਈ ਉਹਨਾਂ ਦੇ ਲੈਣ ਦੇਣ ਵਿਚਕਾਰ ਸਰਕਾਰ ਨਾ ਆਵੇ।
ਸਰਕਾਰ ਨੂੰ ਆੜ੍ਹਤੀ ਐਸੋਸੀਏਸ਼ਨ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ, ਪਰ ਜਦੋਂ ਕੇਂਦਰ ਸਰਕਾਰ ਨੇ ਖਾਤੇ ਆਨਲਾਈਨ ਕਰਕੇ ਵੱਡੇ ਪੈਮਾਨੇ 'ਤੇ ਫੰਡਾਂ ਦੀ ਦੁਰਵਰਤੋਂ ਰੋਕੀ ਹੈ ਤਾਂ ਪੰਜਾਬ ਵਿੱਚ ਕਿਸਾਨਾਂ ਦੇ ਖਾਤੇ ਆਨਲਾਈਨ ਹੋਣ 'ਚ ਆੜ੍ਹਤੀ ਐਸੋਸੀਏਸ਼ਨ ਨੂੰ ਪਰੇਸ਼ਾਨੀ ਕਿਉਂ ਹੈ? ਹਾਂ, ਸਰਕਾਰ ਨੂੰ ਆੜ੍ਹਤੀਆਂ ਅਤੇ ਮਜ਼ਦੂਰਾਂ ਦਾ ਬਕਾਇਆ ਪੈਸਾ ਜਲਦ ਰਿਲੀਜ਼ ਕਰਨਾ ਚਾਹੀਦਾ ਹੈ। ਮੋਗਾ ਤੋਂ ਜਸ ਵਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।